ਸਾਡੇ ਦੇਸ਼ ਦੀਆਂ ਕੁੜੀਆਂ ਹਰ ਪਾਸੇ ਨਾਮ ਕਮਾਉਂਦੀਆਂ ਨੇ ਜਿੱਥੇ ਵੀ ਜਾਂਦੀਆਂ ਨੇ ਇਹ ਮੱਲਾ ਮਾਰ ਕੇ ਆਉਂਦੀਆਂ ਨੇ ਜ਼ਿੰਦਗੀ ਦਾ ਜਿਹੜਾ ਮਰਜ਼ੀ ਇਮਤਿਹਾਨ ਹੋਵੇ ਇਹ ਬਾਖੂਬੀ ਢੰਗ ਦੇ ਨਾਲ ਪਾਰ ਕਰਕੇ ਇੱਕ ਮਿਸਾਲ ਬਣ ਕੇ ਦਿਖਾਉਂਦੀਆਂ ਨੇ ਇਹੋ ਜਿਹੀ ਇੱਕ ਮਿਸਾਲ ਹੈ ਪਟਿਆਲਾ ਦੇ ਪਿੰਡ ਹਸਨਪੁਰ ਦੀ ਰਹਿਣ ਵਾਲੀ ਸੰਦੀਪ ਕੌਰ ਤੁਹਾਨੂੰ ਦੱਸ ਦਈਏ ਕਿ ਪੋਲੈਂਡ ਵਿਖੇ ਕਰਵਾਏ ਗਏ 13ਵੇਂ ਸੈਲਸੀਅਨ ਮੁੱਕੇਬਾਜ਼ੀ ਕੱਪ ਦੇ ਵਿੱਚ 52 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਕੁੜੀ ਨੇ ਸੋਨ ਤਗਮਾ ਜਿੱਤਿਆ ਤੇ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਦੋਂ ਇਹ ਪਿੰਡ ਪਰਤੀ ਤਾਂ ਬਹੁਤ ਹੀ ਨਿੱਘਾ ਸਵਾਗਤ ਇਸਦਾ ਕੀਤਾ ਗਿਆ ਢੋਲ ਨਗਾੜੀ ਦੇ ਨਾਲ ਆਪਣੇ ਸ਼ਹਿਰ ਦੇ ਵਿੱਚ ਜਦੋਂ ਸੰਦੀਪ ਪੁੱਜੀ ਤਾਂ ਹਰ ਕੋਈ ਖੁਸ਼ ਸੀ 11ਵੀਂ ਜਮਾਤ ਵਿੱਚ ਪੜ੍ਹਦੀ ਸੰਦੀਪ ਕੌਰ ਨਾਲੋਂ ਜ਼ਿਆਦਾ ਖੁਸ਼ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਜੀ ਸਨ ਉਹਨਾਂ ਖੂਬ ਪ੍ਰਸ਼ੰਸਾ ਸੰਦੀਪ ਦੀ ਕੀਤੀ ਕੀ ਕਿਹਾ ਉਹਨਾਂ ਨੇ ਸੰਦੀਪ ਦੇ ਸੰਘਰਸ਼ ਬਾਰੇ ਤੇ ਉਸਦੀ ਇਸ ਪ੍ਰਾਪਤੀ ਬਾਰੇ ਆਓ ਜਾਣਦੇ ਹਾਂ ਬਾਈਟ ਸਾਡੀ ਗੋਲਡ ਸਟਾਰ ਲੜਕੀ ਨੇ ਇੱਕ ਇਤਿਹਾਸ ਰਸਤਾ ਮੈਂ ਇੱਥੇ ਬੜਾ ਫਖਰ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਵਰਲਡ ਦਾ ਰਿਕਾਰਡ ਹੈ ਸਕੂਲੀ ਸਿੱਖਿਆ ਦੇ ਵਿੱਚ ਕਿ ਕਿਸੇ ਖਿਡਾਰੀ ਨੇ ਇੰਟਰਨੈਸ਼ਨਲ ਟੂਰਨਾਮੈਂਟਾਂ ਦੇ ਵਿੱਚ ਵਨ ਸਾਈਡਡ ਸਾਰੇ ਮੈਚ ਹਰਾਏ ਹੋਣ ਉਹ ਵੀ ਪੋਲੈਂਡ ਦੇ ਵਿੱਚ ਜਾ ਕੇ ਇਸ ਲੜਕੀ ਨੇ ਸਾਡੀ ਨੇ ਪਹਿਲਾਂ ਸਵੀਡਨ ਨੂੰ 5-0 ਨਾਲ ਹਰਾਇਆ ਉਸ ਤੋਂ ਬਾਅਦ ਸੈਮੀਫਾਈਨਲ ਵੀ ਇਹਦਾ ਪੋਲੈਂਡ ਨਾਲ ਸੀ ਉਹਨੂੰ ਵੀ 5-0 ਨਾਲ ਹਰਾਇਆ ਅਤੇ ਫਾਈਨਲ 'ਚ ਵੀ ਪੋਲੈਂਡ ਦੀ ਖਿਡਾਰਨ ਨੂੰ 5-0 ਨਾਲ ਵਨ ਸਾਈਡਡ ਹਰਾਇਆ ਇਸ ਵੇਲੇ ਮੈਰੀ ਕੌਮ ਇਹਦੀ ਪੂਰੀ ਫੈਨ ਹੈ ਇਸ ਲੜਕੀ ਦੀ ਮੈਰੀ ਕੌਮ ਇਹ ਕਹਿ ਰਹੀ ਹੈ ਕਿ ਮੇਰੀ ਥਾਂ ਇਹ ਲਊਗੀ ਸੋ ਸਾਨੂੰ ਅੱਜ ਸਾਰੇ ਸਕੂਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੇ ਸਟੂਡੈਂਟਸ ਖੁਸ਼ੀ 'ਚ ਨੱਚ ਰਹੇ ਨੇ ਸਾਰਾ ਸਟਾਫ ਭੰਗੜਾ ਪਾ ਰਿਹਾ ਸਾਡੀ ਇਸ ਬੱਚੀ ਦੀ ਅਚੀਵਮੈਂਟ 'ਤੇ ਮੈਂ ਇਹਨੂੰ ਅਸ਼ੀਰਵਾਦ ਦਿੰਦਾ ਕਿ ਸਾਡਾ ਸਾਥ ਇਹਦੇ ਨਾਲ ਜਦੋਂ ਤੱਕ ਇਹ ਖੇਡੂਗੀ ਜਦੋਂ ਤੱਕ ਇਹ ਪੜ੍ਹੂਗੀ ਉਦੋਂ ਤੱਕ ਰਹੂਗਾ ਜ਼ਰੂਰੀ ਨਹੀਂ ਸਕੂਲ ਤੱਕ ਹੀ ਚਾਹੇ ਯੂਨੀਵਰਸਿਟੀ ਪੜ੍ਹੇ ਕਾਲਜ ਪੜ੍ਹੇ ਸਾਰਾ ਖਰਚਾ ਅਸੀਂ ਇਸ 'ਤੇ ਕਰਾਂਗੇ ਸੋ ਮੈਂ ਇਸ ਬੱਚੀ ਨੂੰ ਇਹਦੇ ਮਾਂ ਪਿਓ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਜਿਨ੍ਹਾਂ ਨੇ ਇਹੋ ਜਿਹੀ ਬੱਚੀ ਨੂੰ ਮਤਲਬ ਪਾਲ ਪਲੋਸ ਕੇ ਇੱਕ ਸਮਾਜ ਵਾਸਤੇ ਬੜਾ ਵੱਡਾ ਮਤਲਬ ਤੋਹਫਾ ਦਿੱਤਾ ਹੈ ਸੋ ਇਹ ਬੱਚੀ ਜਿਹੜੀ ਹੈ ਜ਼ਰੂਰ ਇੰਡੀਆ ਦਾ ਨਾਂ ਜਿਹੜਾ ਹੈ ਵਰਲਡ ਲੈਵਲ 'ਤੇ ਇੱਕ ਵਾਰ ਨਹੀਂ ਕਈ ਵਾਰੀ ਰੋਸ਼ਨ ਕਰੂਗੀ ਵਿਸ਼ਵ ਪੱਧਰ 'ਤੇ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਬਹੁਤ ਸਾਲ ਲੱਗ ਜਾਂਦੇ ਨੇ ਪਰ ਇਹ 11ਵੀਂ ਵਿੱਚ ਪੜ੍ਹਦੀ ਸੰਦੀਪ ਕੌਰ ਨੇ ਇੰਨੀ ਛੋਟੀ ਉਮਰ ਦੇ ਵਿੱਚ ਇਹ ਸਭ ਸੰਭਵ ਕਰਕੇ ਦਿਖਾਇਆ ਕਿਵੇਂ ਉਸਨੇ ਇਹ ਸੰਭਵ ਕੀਤਾ ਕਿਸ ਤਰ੍ਹਾਂ ਉਸਨੇ ਮਿਹਨਤ ਕੀਤੀ ਕੀ ਟੀਚਾ ਮਿਥਿਆ ਅਜੀਤ ਦੇ ਪੱਤਰਕਾਰ ਅਮਨਦੀਪ ਸਿੰਘ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜਾਣਦੇ ਹਾਂ ਸਾਡੇ ਨਾਲ ਮੌਜੂਦ ਨੇ ਸੰਦੀਪ ਕੌਰ ਜੋ ਪੋਲੈਂਡ ਵਿਖੇ ਬੋਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਆਏ ਨੇ ਆਪਣੇ ਸਕੂਲ ਮਲਟੀ ਪਰਪਸ ਵਿੱਚ ਪਹੁੰਚੇ ਨੇ ਅਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਸੰਦੀਪ ਕੌਰ ਜੀ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਤੁਸੀਂ ਗੋਲਡ ਮੈਡਲ ਹਾਸਿਲ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਅਤੇ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਉਰੇ ਸਕੂਲ ਵਾਲਿਆਂ ਨੇ ਬਹੁਤ ਅੱਛਾ ਸਵਾਗਤ ਕੀਤਾ ਆ ਅਤੇ ਪੇਰੈਂਟਸ ਬਹੁਤ ਖੁਸ਼ ਨੇ ਪ੍ਰਿੰਸੀਪਲ ਸਰ ਬਹੁਤ ਖੁਸ਼ ਨੇ ਤੁਸੀਂ ਬੋਕਸਿੰਗ ਹੀ ਕਿਉਂ ਚੁਣੀ ਬੋਕਸਿੰਗ 'ਚ ਕਿਵੇਂ ਆਏ ਸਾਡੇ ਉੱਧਰ ਇੱਕ ਅਕੈਡਮੀ ਖੁੱਲ੍ਹੀ ਸੀ ਨਵੀਂ ਅਤੇ ਸਾਡੇ ਬਿਪ੍ਰਨਵੀਰ ਸਿੰਘ ਲਵਲੀ ਦੇ ਨਾਮ ਤੋਂ ਉਹਨਾਂ ਦੀ ਡੈਥ ਹੋ ਗਈ ਸੀ ਅਚਾਨਕ ਹੀ ਤਾਂ ਉੱਥੇ ਹਰਪ੍ਰੀਤ ਕੌਰ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਕਿ ਉਰੇ ਇੱਕ ਅਕੈਡਮੀ ਖੋਲ੍ਹੀ ਜਾਣੀ ਚਾਹੀਦੀ ਆ ਕਿ ਜੋ ਕਿ ਲਵਲੀ ਸਭ ਦੇ ਦਿਲਾਂ ਵਿੱਚ ਰਹੇ ਤਾਂ ਕਰਕੇ ਫਿਰ ਉੱਥੋਂ ਗੇਮ ਸ਼ੁਰੂ ਹੋਈ ਜੋ ਮੈਂ ਆਪਣੇ ਸਿਮਰਨਜੀਤ ਸਿੰਘ ਚਾਚੂ ਨੂੰ ਦੇਖ ਕੇ ਸ਼ੁਰੂ ਕੀਤੀ ਜੇ ਟ੍ਰੇਨਿੰਗ ਦੀ ਗੱਲ ਕਰੀਏ ਕਿੱਥੋਂ ਸਟਾਰਟ ਕੀਤੀ ਸੀ ਤੁਸੀਂ ਟ੍ਰੇਨਿੰਗ ਬਿਪ੍ਰਨਵੀਰ ਸਿੰਘ ਲਵਲੀ ਟਾਈਸਨ ਸੁਨੀਲ ਕੁਮਾਰ ਸਰ ਕੋਲ ਕੀਤੀ ਹੈ ਹਰੇਕ ਇਨਸਾਨ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਤੁਹਾਡੇ ਪਿੱਛੇ ਕਿਸ ਦਾ ਹੱਥ ਰਿਹਾ ਮੈਂ ਆਪਣੇ ਕੋਚ ਨੂੰ ਕਹੂੰਗੀ ਪਹਿਲਾਂ ਕਿਉਂਕਿ ਉਹਨਾਂ ਨੇ ਬਹੁਤ ਸਾਥ ਦਿੱਤਾ ਪੇਰੈਂਟਸ ਬਾਅਦ 'ਚ ਸਮਝਣ ਲੱਗੇ ਕਿ ਵੀ ਗੇਮ 'ਚ ਬਹੁਤ ਕੁਛ ਹੈ ਅੱਗੇ ਤਾਂ ਕਰਕੇ ਇੱਕ ਸਪੋਰਟਸ ਪਰਸਨ ਨੂੰ ਸਟੱਡੀ ਦੇ ਨਾਲ ਨਾਲ ਕਾਫੀ ਮੁਸ਼ਕਿਲ ਆਉਂਦੀ ਹੈ ਟਾਈਮ ਕੱਢਣ ਲਈ ਇੱਕ ਸਪੋਰਟਸ ਲਈ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਉਹਨੂੰ ਮੈਂ ਟ੍ਰੇਨਿੰਗ ਤੋਂ ਬਾਅਦ ਕੁਝ ਟਾਈਮ ਰੈਸਟ ਕਰਕੇ ਪੜ੍ਹਦੀ ਸੀਗੀ ਟਰਾਈ ਕਰਦੀ ਸੀ ਕਿ ਪੂਰਾ ਗੌਰਮੈਂਟ ਵੱਲੋਂ ਕੋਈ ਸਪੋਰਟ ਕੀਤੀ ਗਈ ਤੁਹਾਨੂੰ ਨਹੀਂ ਨਹੀਂ ਪ੍ਰਿੰਸੀਪਲ ਸਰ ਨੇ ਬਹੁਤ ਸਾਥ ਦਿੱਤਾ ਆ ਉਹ ਹਮੇਸ਼ਾ ਸਾਥ ਦਿੰਦੇ ਰਿਹਾ ਕਵਰ ਕਰਵਾਉਂਦੇ ਰਿਹਾ ਨਾਲ ਦੀ ਨਾਲ ਕੰਮ ਕਈ ਖਿਡਾਰੀ ਨੇ ਜਿਹੜੇ ਸਪੋਰਟਸ 'ਚ ਆਉਣਾ ਚਾਹੁੰਦੇ ਨੇ ਪਰ ਕਿਸੇ ਕਾਰਨ ਪਿੱਛੇ ਨਹੀਂ ਆ ਸਕਦੇ ਕੀ ਮੈਸੇਜ ਦਊਂਗੇ ਉਹਨਾਂ ਨੂੰ ਮੈਂ ਇਹ ਕਹੂੰਗੀ ਇੱਕ ਵਾਰ ਆਪਣੀ ਪ੍ਰੋਬਲਮ ਨੂੰ ਸੁਲਝਾ ਕੇ ਨਿਕਲਣ ਦੀ ਕੋਸ਼ਿਸ਼ ਤਾਂ ਕਰੋ ਤਾਂ ਜ਼ਰੂਰ ਅਸੰਭਵ ਨੂੰ ਸੰਭਵ ਕਰ ਸਕਦੇ ਅਸੀਂ ਗੱਲ ਕੀਤੀ ਸੰਦੀਪ ਕੌਰ ਦੇ ਨਾਲ ਜਿਨ੍ਹਾਂ ਨੇ ਗੋਲਡ ਮੈਡਲ ਜਿੱਤ ਕੇ ਇੰਡੀਆ ਦੀ ਝੋਲੀ ਵਿੱਚ ਪਾਇਆ ਉਮੀਦ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਸੰਦੀਪ ਕੌਰ ਤੋਂ ਪ੍ਰੇਰਿਤ ਹੋਏਗੀ ਅਤੇ ਇਸੇ ਤਰ੍ਹਾਂ ਆਪਣੇ ਮਾਂ ਪਿਓ ਦਾ ਅਤੇ ਆਪਣੇ ਇੰਡੀਆ ਦਾ ਨਾਂ ਰੋਸ਼ਨ ਕਰੇਗੀ ਅਮਨਦੀਪ ਸਿੰਘ ਅਜੀਤ ਵੈਬ ਟੀਵੀ ਪਟਿਆਲਾ